ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਵੋਟ ਕਰਦੇ ਹੋ? ਬਿਲਕੁਲ ਕਰਦਾ ਨਹੀਂ ਵੋਟ। ਔਰ ਜਿਹੜੇ ਲੋਕ ਵੋਟ ਨਹੀਂ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ? ਮੇਰਾ ਇੱਕੋ ਹੀ ਮੈਸੇਜ ਹੈ ਜਿਤਨੇ ਵੀ ਵੋਟ ਕਰਨ ਵਾਲੇ ਹੈ ਕਿ ਸਭ ਲੋਕ ਕੋ ਵੋਟ ਕਰਨਾ ਚਾਹੀਏ। ਵੋਟ ਆਪਕਾ ਇੱਕ ਅਧਿਕਾਰ ਵੀ ਹੈ ਔਰ ਇੱਕ ਆਪਕਾ ਹੱਕ ਵੀ ਹੈ। ਵੋਟ ਕਰਨੇ ਸੇ ਜੋ ਵੀ ਹੈ ਆਪ ਅੱਛੀ ਸਰਕਾਰ ਚੁਣ ਸਕਤੇ ਹੋ ਔਰ ਅੱਛਾ ਦੇਸ਼ ਕੇ ਲੀਏ ਜੋ ਵੀ ਅੱਛੀ ਸਰਕਾਰ ਆਏ ਉਸਕੇ ਲੀਏ ਵੋਟ ਕਰੋ। ਮੇਰਾ ਇਹੀ ਮੈਸੇਜ ਹੋਗਾ ਬੜੀਆ। ਔਰ ਕਿਸ ਕਿਸਮ ਕੀ ਸਰਕਾਰ ਕੋ ਆਪ ਅੱਛੀ ਸਰਕਾਰ ਕਹਿੰਦੇ? ਸਟੇਬਲ ਸਰਕਾਰ ਤੋਂ ਦੇਖੀਏ ਕਾਂਗਰਸ ਕੀ ਹੈ, ਠੀਕ ਹੈ ਜੀ। ਆ ਜੋ ਛੋਟੀ ਬੜੀ ਪਾਰਟੀਆਂ ਔਰ ਵੀ ਹੈ, ਅਲਾਇੰਸਿਸ ਔਰ ਵੀ ਹੈ, ਲੇਕਿਨ ਸਟੇਬਲ ਸਰਕਾਰ ਜੋ ਹੈ ਮੈਂ ਤਾਂ ਕਾਂਗਰਸ ਕੋ ਹੀ ਮਾਨਤਾ ਹੂੰ। ਔਰ ਕਾਂਗਰਸ ਆਏਗੀ ਜੋ ਦੇਸ਼ ਕੇ ਲੀਏ ਬਹੁਤ ਅੱਛਾ ਕੰਮ ਹੋਗਾ। ਪ੍ਰੋਗਰੈਸ ਵੀ ਆਉਣੇ ਜੋ ਪਿਛਲੇ 5 ਸਾਲ ਗਏ ਹੈ ਸਰਕਾਰ ਨੇ ਕਾਂਗਰਸ ਨੇ ਜਿੰਨੇ ਵੀ ਕੰਮ ਕੀਏ ਹੈ ਸਾਰੇ ਬਹੁਤ ਸਰਾਹਨੀਯ ਹੈ ਔਰ ਬੜੀਆ ਹੈ। ਔਰ ਆਈਲ ਗੋ ਫੋਰ ਦਾ ਕਾਂਗਰਸ ਔਰ ਕਾਂਗਰਸ ਕੋ ਹੀ ਮੈਂ ਵੋਟ ਕਰੂੰਗਾ। ਬਹੁਤ ਅੱਛਾ ਲਗਾ ਆਪਸੇ ਬਾਤ ਕਰਕੇ, ਧੰਨਵਾਦ। ਥੈਂਕ ਯੂ ਵੈਰੀ ਮਚ। ਚਲੋ ਆਪਣਾ ਸ਼ੁਭ ਨਾਮ ਭਾਈ ਸਾਹਿਬ? ਕਪਿਲ ਸ਼ਰਮਾ। ਕਪਿਲ ਜੀ, ਮੈਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਵੋਟ ਕਰਦੇ ਹੋ? ਹਾਂਜੀ ਕਰਦਾ। ਔਰ ਜਿਹੜੇ ਲੋਕ ਵੋਟ ਨਹੀਂ ਕਰਦੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਂ ਦੱਸਣਾ ਚਾਹਾਂਗਾ ਕਿ ਵੋਟ ਸਾਡਾ ਇੱਕ ਫੰਡਾਮੈਂਟਲ ਰਾਈਟ ਹੈ। ਹਰ 5 ਸਾਲ ਬਾਅਦ ਇੱਕ ਨਵੀਂ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈਗਾ, ਜਿਸ ਵਿੱਚ ਇਹ ਹੈਗਾ ਕਿ ਜਿਹੜਾ ਰਾਈਟ ਕੈਂਡੀਡੇਟ ਹੈਗਾ ਉਸਨੂੰ ਵੋਟ ਪਾਓ, ਠੀਕ ਹੈ। ਸਰਕਾਰ ਲੱਖਾਂ ਕਰੋੜਾਂ ਰੁਪਏ ਖਰਚ ਰਹੀ ਹੈਗੀ ਹੈ ਅਤੇ ਹਰੇਕ ਨੂੰ ਹੱਕ ਹੈਗਾ ਕਿ ਰਾਈਟ ਕੈਂਡੀਡੇਟ ਵੋਟ ਪਾਓ। ਆਪਣਾ ਸ਼ੁਭ ਨਾਮ? ਮੇਰਾ ਨਾਮ ਹੈ ਦੁਪਿੰਦਰ ਸਿੰਘ। ਦੁਪਿੰਦਰ ਜੀ, ਤੁਸੀਂ ਵੋਟ ਕਰਦੇ ਹੋ? ਐਕਚੁਅਲੀ ਵੋਟ ਮੈਂ ਨਹੀਂ ਕਰਦਾ। ਔਰ ਉਹਦਾ ਕੀ ਕਾਰਨ ਹੈ ਜਿਹੜਾ ਤੁਸੀਂ ਵੋਟ ਨਹੀਂ ਕਰਦੇ? ਵੋਟ ਨਾ ਕਰਨ ਦਾ ਕਾਰਨ ਹੈ ਕਿ ਕੋਈ ਰਾਈਟ ਕੈਂਡੀਡੇਟ ਲੱਗਦਾ ਹੀ ਨਹੀਂ ਹੈ, ਕਿ ਕੋਈ ਰਾਈਟ ਕੈਂਡੀਡੇਟ ਮੈਨੂੰ ਲੱਗਦਾ ਨਹੀਂ ਹੈ ਕਿ ਮੈਂ ਕਿਸ ਵਾਸਤੇ ਵੋਟ ਪਾਵਾਂ, ਕਿਹਨੂੰ ਮੈਂ ਵੋਟ ਪਾਵਾਂ। ਇਹਦਾ ਇੱਕ ਤੁਹਾਨੂੰ ਇਸ ਗੱਲ ਦੀ ਅਵੇਅਰਨੈਸ ਹੈਗੀ ਹੈ ਕਿ ਇੱਕ ਜਿਹੜੇ ਤੁਸੀਂ ਵੋਟ ਆਪਣੀ ਨਹੀਂ ਕਰਨਾ ਚਾਹੁੰਦੇ ਅਤੇ ਤੁਸੀਂ ਇੱਕ ਫਾਰਮ ਅਵੇਲੇਬਲ ਹੈ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਜਿਹਦਾ ਕਿ ਫਾਰਮ ਨੰਬਰ 17, ਉਸ ਨੂੰ ਲੈ ਕੇ ਤੁਸੀਂ ਆਪਣਾ ਜਿਹੜਾ ਤੁਸੀਂ ਵੋਟ ਨਹੀਂ ਕਰਨਾ ਚਾਹੁੰਦੇ ਉਹਦੇ 'ਤੇ ਤੁਸੀਂ ਲਿਖ ਕੇ ਆ ਸਕਦੇ ਹੋ ਔਰ ਆਪਣਾ ਉਹਦੇ 'ਤੇ ਪੂਰਾ ਤੁਸੀਂ ਕੀ ਤੁਸੀਂ ਇਹਦੇ ਬਾਰੇ ਜਾਣਦੇ ਹੋ? ਨਹੀਂ, ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ, ਕਿਉਂਕਿ ਜਦ ਤੱਕ ਮੈਂ ਪੋਲਿੰਗ ਬੂਥ 'ਤੇ ਨਹੀਂ ਜਾਊਂਗਾ ਉਸ ਤੱਕ ਤਦ ਤੱਕ ਨੌਲੇਜ ਹੋਗੀ। ਔਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਹ ਚੀਜ਼ਾਂ ਵੀ ਇਸ ਚੀਜ਼ ਦੀ ਅਵੇਅਰਨੈਸ ਕਰਾਉਣ, ਕਿਉਂਕਿ ਜੋ ਪੋਲਿੰਗ ਬੂਥ 'ਤੇ ਜਾਏਗਾ ਉਹ ਇਸ ਨੂੰ ਇਸ ਬਾਰੇ ਨੌਲੇਜ ਹੋਏਗੀ, ਕਿਸੇ ਹੋਰ ਬੰਦੇ ਨੂੰ ਇਸ ਬਾਰੇ ਨੌਲੇਜ ਨਹੀਂ ਹੋਏਗੀ। ਇਹਦਾ ਮਤਲਬ ਅਵੇਅਰਨੈਸ ਦੀ ਕਮੀ ਹੈ ਕਿ ਲੋਕਾਂ ਨੂੰ ਇਹ ਨਹੀਂ ਪਤਾ ਕਿ 17 ਨੰਬਰ ਫਾਰਮ ਵੀ ਹੈ ਕੋਈ। ਮੈਂ ਤੁਹਾਨੂੰ ਇਹ ਦੱਸ ਰਿਹਾ ਕਿ 17 ਨੰਬਰ ਫਾਰਮ ਇੱਕ ਹੈਗਾ, ਜੇ ਤੁਸੀਂ ਵੋਟ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਉਹ ਫਾਰਮ ਦੇ ਉੱਤੇ ਆਪਣੀ ਪਸੰਦ ਨਾਲ ਜੋ ਲਿਖ ਕੇ ਆ ਸਕਦੇ ਹੋ ਕਿ ਜਿਹੜਾ ਤੁਹਾਡੀ ਪਸੰਦ ਦਾ ਕੋਈ ਕੈਂਡੀਡੇਟ ਅਵੇਲੇਬਲ ਨਹੀਂ ਹੈਗਾ। ਅਤੇ ਕੀ ਤੁਸੀਂ ਹੁਣ ਵੋਟ ਕਰਨ ਜਾਓਗੇ ਜਾਂ ਤੁਸੀਂ ਆਪਣਾ ਫਾਰਮ ਭਰ ਕੇ ਆਓਗੇ? ਬਿਲਕੁਲ, ਜੇ ਮੈਂ 17 ਨੰਬਰ ਫਾਰਮ ਭਰੂੰਗਾ ਔਰ ਉਹਦੇ 'ਤੇ ਪੂਰੀ ਕਾਰਵਾਈ ਹੋਏਗੀ, ਸਰਕਾਰ ਉਹਨੂੰ ਸੀਰੀਅਸਲੀ ਲਏਗੀ ਔਰ ਸਾਡੇ ਵਾਸਤੇ ਕੋਈ ਸਾਡੀ ਪਸੰਦ ਦਾ ਕੋਈ ਕੈਂਡੀਡੇਟ ਖੜਾ ਹੋਏਗਾ ਜਿਹੜਾ ਯੂਥ ਬਾਰੇ ਕੁਝ ਸੋਚਦਾ ਹੋਏ, ਅਨਇੰਪਲੋਇਮੈਂਟ ਬਾਰੇ, ਅਨਇੰਪਲੋਇਮੈਂਟ ਦੀ ਸਮੱਸਿਆ ਨੂੰ ਹੱਲ ਕਰ ਸਕੇ, ਤਾਂ ਅਸੀਂ ਜ਼ਰੂਰ ਵੋਟ ਦੇਣ ਜਾਵਾਂਗੇ। ਆਪਣਾ ਟਾਈਮ ਕੱਢ ਕੇ ਜਿਹੜਾ ਸਾਡਾ ਕੀਮਤੀ ਵੋਟ ਹੈ, ਰਾਈਟ ਹੈ, ਉਹਨੂੰ ਅਸੀਂ ਜ਼ਰੂਰ ਵੋਟ ਦੇਵਾਂਗੇ ਜਾ ਕੇ। ਤੁਸੀਂ ਕਿਹਾ ਵੋਟ ਮੈਂ ਕਾਸਟ ਕਰਾਂਗਾ ਲੇਕਿਨ ਰਾਈਟ ਕੈਂਡੀਡੇਟ, ਰਾਈਟ ਕੈਂਡੀਡੇਟ ਦਾ ਕੀ ਮਤਲਬ ਕਹਿੰਦੇ ਹੋ ਤੁਸੀਂ, ਕੀ ਉਹਦਾ ਕੀ ਮਤਲਬ ਹੈ? ਰਾਈਟ ਕੈਂਡੀਡੇਟ, ਦੇਖੋ ਰਾਈਟ ਕੈਂਡੀਡੇਟ ਦਾ ਮਤਲਬ ਹੈ ਕਿ ਇੱਕ ਐਸਾ ਕੈਂਡੀਡੇਟ ਜੋ ਸਾਡੇ ਬਾਰੇ ਸੋਚੇ, ਯੂਥ ਦੇ ਬਾਰੇ ਸੋਚੇ, ਹਰ ਸਾਡੀ ਪ੍ਰੋਬਲਮ ਨੂੰ ਸਮਝੇ। ਲੇਕਿਨ ਇਸ ਵੇਲੇ ਜੋ ਪੋਲੀਟਿਕਸ 'ਚ ਚੱਲਦਾ ਆ ਰਿਹਾ ਕਿ ਜੇ ਯੂਥ ਖੜ੍ਹੇ ਵੀ ਹੈ, ਜਿੱਦਾਂ ਹੁਣ ਰਾਹੁਲ ਗਾਂਧੀ ਖੜ੍ਹੇ ਨੇ, ਲੇਕਿਨ ਉਹ ਆਪਣੀ ਪਰਿਵਾਰਵਾਦ ਜਿਹੜਾ ਚੱਲ ਰਿਹਾ, ਉਹਨਾਂ ਦੇ ਪੇਰੈਂਟਸ ਪੋਲੀਟੀਸ਼ੀਅਨ ਹੈ ਅਤੇ ਅੱਗੇ ਉਹ ਪੋਲੀਟੀਸ਼ੀਅਨ ਨੇ ਇਸ ਤਰ੍ਹਾਂ, ਲੇਕਿਨ ਕੋਈ ਆਮ ਆਦਮੀ ਜਾਂ ਆਮ ਯੂਥ ਖੜ੍ਹਾ ਨਹੀਂ ਹੋ ਰਿਹਾ ਇਸ ਚੀਜ਼ ਵਾਸਤੇ।
ਪੋਲੀਟਿਕਸ ਚੱਲਦੀ ਆ ਰਹੀ ਹੈ, ਉਸ ਤੋਂ ਅੱਗੇ ਪੋਲੀਟਿਕਸ ਨਿਕਲਦੇ ਆ ਰਹੇ ਹੈ, ਲੇਕਿਨ ਕੋਈ ਆਮ ਬੰਦਾ ਨਹੀਂ ਖੜ੍ਹਾ ਹੁੰਦਾ ਪੋਲੀਟੀਸ਼ੀਅਨ ਵਾਸਤੇ। ਜੇ ਉਹ ਖੜ੍ਹਾ ਹੁੰਦਾ ਤਾਂ ਉਹ ਗਿਰਾ ਦਿੱਤਾ ਜਾਂਦਾ, ਜਾਂ ਪੈਸੇ ਦੀ ਤਾਕਤ ਜਾਂ ਜੋ ਵੀ ਉਹਦੇ ਕੋਲ, ਇੰਨਾ ਉਹਦੇ ਕੋਲ ਪੈਸਾ ਸਪੈਂਡ ਕਰਨ ਲਈ ਨਹੀਂ ਹੁੰਦਾ ਕਿ ਆਪਣੀ ਉਹ ਐਡਵਰਟਾਈਜ਼ਮੈਂਟ ਕਰ ਸਕੇ ਜਾਂ ਜੋ ਵੀ ਕਰ ਸਕੇ। ਅਤੇ ਰਾਈਟ ਕੈਂਡੀਡੇਟ ਕੋਈ ਖੜ੍ਹਾ ਨਹੀਂ ਹੋ ਰਿਹਾ ਇਸ ਵੇਲੇ, ਇਸ ਕਰਕੇ ਇਹ ਰਾਈਟ ਕੈਂਡੀਡੇਟ ਦਾ ਮਤਲਬ ਹੈ ਕਿ ਸਾਡੇ ਬਾਰੇ ਕੋਈ ਸੋਚ ਹੀ ਨਹੀਂ ਇਸ ਵੇਲੇ, ਉਹ ਆਪਣੇ ਹੀ ਲੱਗੇ ਹੋਏ ਆ। ਤੁਸੀਂ ਆਪਣੇ ਬਾਰੇ ਕੀ ਲੱਗੇ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ, ਕੀ ਮੈਸੇਜ ਦੇਣਾ ਚਾਹੁੰਦੇ, ਕੀ ਸੋਚ ਹੈ ਸਰਕਾਰ ਤੁਹਾਡੇ ਬਾਰੇ 'ਚ? ਸਰਕਾਰ ਜਿਹੜੀ ਸਮੱਸਿਆ ਚੱਲਦੀ ਆ ਰਹੀ ਹੈ, ਅਨਇੰਪਲੋਇਮੈਂਟ ਦੀ ਜਿਹੜੀ ਸਮੱਸਿਆ ਹੈਗੀ ਹੈ ਕਿ ਗੌਰਮੈਂਟ ਜੋਬ ਮਿਲਣੀ ਬਿਲਕੁਲ ਬੰਦ ਹੋ ਗਈ ਹੈ, ਹੁਣ ਪ੍ਰਾਈਵੇਟ ਸੈਕਟਰ ਰਹਿ ਗਿਆ, ਹੁਣ ਪ੍ਰਾਈਵੇਟ ਸੈਕਟਰ ਦਾ ਕੋਈ ਕਨੈਕਸ਼ਨ ਨਹੀਂ ਲੱਗਦਾ ਕਿਸੇ ਵੀ ਤਰੀਕੇ ਨਾਲ, ਕੋਈ ਗੌਰਮੈਂਟ ਨਾਲ ਸੰਬੰਧ ਨਹੀਂ ਰੱਖਦਾ। ਮੈਂ ਆਪਣਾ ਟਾਈਮ ਕੱਢ ਕੇ ਵੋਟ ਕਿਉਂ ਪਾਉਣ ਜਾਵਾਂਗਾ ਜਦ ਮੈਨੂੰ ਪਤਾ ਕਿ ਮੈਨੂੰ ਕੋਈ ਗੌਰਮੈਂਟ ਵੱਲੋਂ ਕੋਈ ਏਡ ਹੀ ਨਹੀਂ ਮਿਲਦੀ, ਮੈਂ ਕਿਸ ਵਾਸਤੇ ਵੋਟ ਪਾਉਣ ਜਾਵਾਂਗਾ? ਜੇ ਸਾਨੂੰ ਸਾਡੀ ਸਮੱਸਿਆ ਹੱਲ ਕੀਤੀ ਜਾਏਗੀ, ਕੋਈ ਗੌਰਮੈਂਟ ਨਵੀਂ ਜੋਬ ਕੱਢੀਆਂ ਜਾਣਗੀਆਂ, ਹੁਣ ਕਿੰਨੇ IAS ਵਗੈਰਾ ਦੇ ਪੇਪਰ ਆਉਂਦੇ ਆ, ਲੇਕਿਨ ਜੋ ਵੀ ਹੈ ਉਹਨਾਂ ਦੀ, ਉਹਨਾਂ ਨੂੰ ਸੀਟਸ ਵੀ ਨਹੀਂ ਮਿਲਦੀ ਉਸ ਤੋਂ ਬਾਅਦ। ਅਤੇ ਮੈਂ ਚਾਹੁੰਦਾ ਕਿ ਜੋ ਵੀ ਇਸ ਤਰੀਕੇ ਦਾ ਕੋਈ ਇਨਵਾਇਰਮੈਂਟ ਕ੍ਰੀਏਟ ਕੀਤਾ ਜਾਏ ਕਿ ਸਾਨੂੰ ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਪੂਰੀ ਪ੍ਰੋਪਰ ਨੌਕਰੀ ਮਿਲੇ, ਜਾਂ ਜਿਸ ਤਰ੍ਹਾਂ ਬਾਹਰਲੀ ਕੰਟਰੀਆਂ 'ਚ ਤੁਸੀਂ ਦੇਖਿਆ, ਬਾਹਰਲੀ ਕੰਟਰੀ 'ਚ ਜੇ ਕੋਈ ਨਹੀਂ ਵੀ ਪੜ੍ਹਦਾ ਜਾਂ ਉਹਦੇ ਕੋਲ ਉਹ ਮਤਲਬ ਪੜ੍ਹਾਈ ਅਫੋਰਡ ਨਹੀਂ ਕਰਦਾ ਔਰ ਉਹਦੇ ਕੋਲ ਕੋਈ ਨੌਕਰੀ ਨਹੀਂ ਹੈਗੀ, ਤਾਂ ਉਹਨੂੰ ਉਹ ਪੈਨਸ਼ਨ ਦਿੰਦੇ ਹੈਗੇ ਆ, ਅਨਇੰਪਲੋਇਮੈਂਟ ਪੈਨਸ਼ਨ ਮਿਲਦੀ ਹੈ। ਲੇਕਿਨ ਸਾਡੇ ਦੇਸ਼ 'ਚ ਇੱਦਾਂ ਦਾ ਕੋਈ ਹੈਗਾ ਨਹੀਂ ਹੈ ਕਿ ਕਿਸੇ ਨੂੰ ਅਨਇੰਪਲੋਇਮੈਂਟ ਪੈਨਸ਼ਨ ਮਿਲੇ। ਅਤੇ ਮੈਂ ਚਾਹੁੰਦਾ ਇਸ ਤਰ੍ਹਾਂ ਦਾ ਵੀ ਕੋਈ ਹੋਣਾ ਚਾਹੀਦਾ ਕਿ ਸਾਡੇ ਬਾਰੇ ਸੋਚਿਆ ਜਾਏ, ਸਾਨੂੰ ਵੀ ਕੋਈ ਮਹੀਨੇ ਦੇ ਹਿਸਾਬ ਨਾਲ ਜਾਂ ਸਾਲ ਦੇ ਹਿਸਾਬ ਨਾਲ ਕੁਛ ਨਾ ਕੁਛ ਮਿਲਦਾ ਰਹੇ, ਤਾਂ ਕਿ ਇੱਕ ਬੇਰੁਜ਼ਗਾਰ ਬੰਦਾ ਆਪਣੇ ਘਰ ਦਾ ਜਿਹੜਾ ਖਰਚਾ ਚੱਕ ਸਕੇ, ਤਾਂ ਕਿ ਬਾਹਰ ਜਿਹੜੀਆਂ ਚੋਰੀਆਂ ਚਕਾਰੀਆਂ ਕਰਨ ਦਾ ਬੱਚੇ ਅੱਜ ਕੱਲ੍ਹ ਓਫੈਂਸ ਕਰਦੇ ਆ ਉਹ ਨਾ ਹੋਣ। ਬਿਲਕੁਲ ਜੀ, ਬਹੁਤ ਫਰਕ ਪਏਗਾ ਇਸ ਚੀਜ਼ ਨਾਲ ਜੇ ਸਰਕਾਰ ਸਾਡੇ ਬਾਰੇ ਸੋਚੇਗੀ, ਤਾਂ ਜਿਹੜੇ ਨੋਰਮਲ ਕ੍ਰਾਈਮ ਹੁੰਦੇ ਆ ਉਹ ਸਾਰੇ ਤਾਂ ਬਚ ਹੀ ਜਾਣਗੇ, ਨਸ਼ਿਆਂ ਦੇ ਵੱਲ ਲੋਕ ਨਹੀਂ ਭੱਜਣਗੇ।